ਸਾਥਿਓ ਮੈਂ सुरेंद्रਪਾਲ ਸਿੰਘ ਅਖਬਾਰ ਦੇਸ਼ ਸਿਵਕਰਾ ਪੱਤਰਕਾਰ ਸਪੋਕਸਮੈਨ ਦਾ ਅਤੇ ਨਵਾਂ ਜਵਾਨਾਂ ਦਾ ਸਾਡੇ ਨਾਲ ਅੱਜ ਅਸੀਂ ਖੁਸ਼ੀ ਲੈ ਰਹੇ ਹਾਂ ਕਿ ਕਾਮਰੇਡ ਹਰਪਾਲ ਸਿੰਘ ਜੀ ਟੋਹਾਣਾ ਸਾਡੇ ਵਿਚਕਾਰ ਮੌਜੂਦ ਨੇ ਤੇ ਐਕਸ ਐਮ ਐਲ اے ਨੇ ਇਹ ਆਪਣਾ ਪਰਿਚਿਆ ਖੋਦਣਗੇ ਸੋ ਅਸੀਂ ਖੁਸ਼ੀ ਮਹਿਸੂਸ ਕਰ ਰਹੇ ਹਾਂ ਹਰਪਾਲ ਟੋਹਾਣਾ ਜੀ ਨੂੰ ਮਿਲ ਕੇ ਹਾਂਜੀ ਟੋਹਾਣਾ ਜੀ ਤੁਸੀਂ ਆਪਣੀ ਪਰਿਚਿਆ ਦਿਓ ਉਸ ਤੋਂ ਬਾਅਦ ਮੇਰੇ ਸਵਾਲਾਂ ਦੇ ਜਿਹੜੇ ਨੇ ਉੱਤਰ ਤੇ ਹਾਂ ਮੈਂ ਰਾਜਨੀਤਿਕ ਵਰਕਰ ਵੀ ਹਾਂ ਔਰ ਕਿਸਾਨ ਸੁਭਾਲ ਇੰਡੀਆ ਕਿਸਾਨ ਸੁਭਾਲ ਹਰਿਆਣਾ ਦਾ ਜਨਰਲ ਸੈਕਟਰੀ ਜੀ ਕਿਸਾਨਾਂ ਚ ਮੈਂ ਕੰਮ ਕਰ ਰਿਹਾ ਹਾਂ ਜੀ ਔਰ ਖਾਸ ਕਰਕੇ ਇਸ ਦੌਰ ਚ ਜੀ ਜਦੋਂ ਕਿ ਖੇਤੀ ਦਾ ਜਿਹੜਾ ਸੰਕਟ ਹੈ ਬਹੁਤ ਪਹਿਲਾਂ ਹੀ ਬਹੁਤ ਗਹਿਰਾ ਸੀ ਜੀ ਔਰ ਇਹ ਲਾਕਡਾਊਨ ਜਿਹੜਾ ਆਇਆ ਹੈ ਕਰੋਨਾ ਵਾਇਰਸ ਕਰਕੇ ਜੀ ਇਹਨੇ ਪੂਰੇ ਪੂਰੇ ਸਾਡੇ ਜਿਹੜੇ ਸਿਸਟਮ ਨੂੰ ਖਾਸ ਕਰਕੇ ਖੇਤੀ ਦੇ ਖੇਤਰ ਨੂੰ ਹੋਰ ਬਰਬਾਦ ਕੀਤਾ ਹੈ ਜੀ ਔਰ ਖੇਤੀ ਤੇ ਆਧਾਰਿਤ ਜੋ ਵੀ ਲੋਕ ਸਨ ਉਹਦੇ ਖੇਤ ਮਜ਼ਦੂਰ ਹੈ ਵੱਡੀ ਤਦਾਦ ਦੇ ਵਿੱਚ ਜੀ ਛੁੱਟੜੇ ਕਿਸਾਨ ਸੀ ਜਿਨ੍ਹਾਂ ਦੇ ਬੇਟੇ ਬੇਟੀਆਂ ਖੇਤੀ ਤੋਂ ਬਾਹਰ ਜਾ ਕੇ ਵੱਡੇ ਸ਼ਹਿਰਾਂ ਚ ਮਜ਼ਦੂਰੀ ਦਿਹਾੜੀ ਕੰਮ ਕਰ ਰਹੇ ਸਨ ਜੀ ਉਹਨਾਂ ਤੇ ਬਹੁਤ ਵੱਡੇ ਪ੍ਰਭਾਵ ਪਏ ਨੇ ਜੀ ਔਰ ਇਸ ਲੋਕਡਾਊਨ ਦੇ ਚੱਲਦਿਆਂ ਖਾਸ ਕਰਕੇ ਖੇਤੀ ਦੇ ਨਾਲ ਜਿਹੜੇ ਸਹਾਇਕ ਤੰਦੇ ਸੀ ਜੀ ਜਿਵੇਂ ਪੋਲਟਰੀ ਹੈ ਆਲਮੋਸਟ ਬਰਬਾਦ ਹੋ ਚੁੱਕੀ ਹੈ ਜੀ ਡੇਰੀ ਕਦਮ ਹੋ ਚੁੱਕੀ ਹੈ ਜੀ ਔਰ ਸਬਜੀ ਦੀ ਦੁਰਗਤੀ ਹੈ ਬਹੁਤ ਜ਼ਿਆਦਾ ਜੀ ਔਰ ਜਿਹੜੇ ਉਹ ਲੋਕ ਕੰਮ ਦੀ ਤਲਾਸ਼ ਖੇਤੀ ਦਾ ਬੋਝ ਨੂੰ ਨਹੀਂ ਉਠ ਸਕਿਆ ਜਾਂ ਜਿਹੜਾ ਖੇਤੀ ਚੋਂ ਦਾ ਰੋਜ਼ਗਾਰ ਨਹੀਂ ਮਿਲਿਆ ਜੀ ਔਰ ਲੋਕ ਆਪਣੀ ਰੋਜੀ ਰੋਟੀ ਤਲਾਸ਼ ਵੱਡੇ ਸ਼ਹਿਰਾਂ ਚ ਗਏ ਸੀ ਪਵਨ ਨਿਰਮਾਨ ਚ ਲੱਗੇ ਸਨ ਲੋਕ ਫੈਕਟਰੀਆਂ ਚ ਲੋਕ ਕੰਮ ਕਰ ਰਹੇ ਸਨ ਛੋਟੇ-ਮੋਟੇ ਧੰਦੇ ਕਰ ਰਹੇ ਸਨ ਰੈਡੀ ਵਾਲੇ ਖੁੰਚੇ ਵਾਲੇ ਜੀ ਔਰ ਸਰਕਾਰ ਨੇ ਜਿਸ ਬੇਹਯਾਈ ਜੀ ਔਰ ਬੇਰਹਿਮੀ ਨਾਲ ਇਸ ਲਾਕਡਾਊਨ ਨੂੰ ਸ਼ੁਰੂ ਕੀਤਾ ਉਨੇ ਲਗਭਗ ਸਾਰੇ ਦੇਸ਼ ਵਿੱਚ ਇੱਕ ਚਿਹਰਾ ਨੰਗਾ ਕਰ ਦਿੱਤਾ ਕਿ ਹਕੂਮਤ ਚ ਬੈਠੇ ਲੋਕ ਜੀ ਉਹ ਕਿੰਦੇ ਪੱਖ ਚ ਕਿੰਦੇ ਖਿਲਾਫ ਹੈ ਜੀ ਕਿਉਂਕਿ ਕਰੋਨਾ ਵਾਇਰਸ ਕੋਈ 23 ਮਾਰਚ ਨੂੰ ਨਹੀਂ ਆਇਆ ਜੀ ਇਹ ਜਨਵਰੀ ਚ ਆ ਚੁੱਕਾ ਸੀ ਪਹਿਲੇ ਕੇਸਸ ਔਰ ਚੀਨ ਵਿੱਚ ਜਿੱਥੋਂ ਉਹਨਾਂ ਦੱਸਿਆ ਕਿ ਸ਼ੁਰੂਆਤ ਹੋਈ ਹੈ ਜੀ ਚੀਨ ਬੰਦ ਹੋ ਚੁੱਕਿਆ ਸੀ ਇਹ ਵਾਇਸਿਵਾਹਾਂ ਬੰਦ ਕਰ ਚੁੱਕਿਆ ਸੀ ਜੀ ਉਸ ਤੋਂ ਬਾਅਦ ਦੇਸ਼ 15 ਲੱਖ ਦੇ ਕਰੀਬ ਫੋਰਨ ਤੋਂ ਲੋਕ ਆਏ ਨੇ ਸੜੇਵਾਜਾਂ ਚ ਜੀ ਉਸ ਤੋਂ ਬਾਅਦ ਹਿੰਦੁਸਤਾਨ ਦੇ ਵਿੱਚ ਆਪਣੇ ਟਰੰਪ ਆਇਆ ਜਿਹੜੇ ਰਾਸ਼ਟਰਪਤੀ ਹੈ ਅਮਰੀਕਾ ਦਾ ਜੀ ਔਰ ਉਹ ਦੇਸ਼ ਕੁਮਿਆਵੀ ਹੈ ਜੀ ਉਸ ਤੋਂ ਬਾਅਦ ਮੱਧ ਪ੍ਰਦੇਸ਼ ਸਰਕਾਰਾਂ ਦੀ ਪਲਟੀ ਹੋਈ ਹੈ ਲੱਖਾਂ ਲੱਖੋ ਇੱਥੇ ਹਜ਼ਾਰਾਂ ਲੋਕ ਇਹਨਾਂ ਉੱਥੇ ਵੀ ਇਕੱਠੇ ਕੀਤੇ ਨੇ ਜੀ ਇਹ ਸਾਰਾ ਦੌਰ ਚੱਲਦਾ ਰਿਹਾ ਕਦੀ ਵੀ ਲਾਕਡਾਊਨ ਚ ਉਹਨਾਂ ਨੂੰ ਰੋਕਿਆ ਨਹੀਂ ਗਿਆ ਕਿ ਦੇ ਨਾਲ ਬਿਮਾਰੀ ਫੈਲੇਗੀ ਜੀ ਜੀ ਪਰ ਜਦੋਂ ਮਜ਼ਦੂਰ ਜਮਾਤ ਦਾ ਸਵਾਲ ਆਇਆ ਜੀ ਜੀ ਬਿਨਾਂ ਕਿਸੇ ਪੂਰਵ ਸੂਚਨਾ ਦੇ ਔਰ ਕੀ ਪ੍ਰਭਾਵ ਪੈਣਗੇ ਉਹ ਲੋਕ ਕਿੱਥੇ ਰਹਿਣਗੇ ਕੀ ਖਾਣਗੇ ਜੀ ਜੀ ਇੱਕਦਮ ਸਭ ਕੁਝ ਠੱਪ ਕਰ ਦਿੱਤੀ ਗਈ ਜੀ ਜੀ ਔਰ ਸਭ ਨਾਲੋਂ ਜ਼ਿਆਦਾ ਜਿਹੜਾ ਸਾਡਾ ਇਨਸਾਨੀਅਤ ਦਾ ਚਿਹਰਾ ਮਰਿਆ ਚਿਹਰਾ ਨਜ਼ਰ ਆਇਆ ਕਿ ਜਿੱਥੇ ਸਾਲਾਂ ਸਾਲ ਲੋਕ ਜਿੰਨਾ ਘਰਾਂ ਚ ਕੰਮ ਕਰ ਰਹੇ ਸੀ ਉਹਨਾਂ ਘਰਾਂ ਵਾਲਿਆਂ ਨੇ ਘਰੋਂ ਬਾਹਰ ਕੱਢ ਦਿੱਤਾ ਤੁਸੀਂ ਸੜਕਾਂ ਨਹੀਂ ਲੈ ਸਕਦੇ ਜੀ ਜੀ ਉਹ ਸੜਕਾਂ ਦੇ ਜਿੱਥੇ ਸੌਗਾ ਕਰਦੇ ਸੜਕਾਂ ਵਾਲਿਆਂ ਦੇ ਬਾਹਰ ਕੇ ਬਈ ਤੁਤ ਕੇ ਚੱਲੋ ਜੀ ਜੀ ਔਰ ਇਨਸਾਨ ਨੂੰ ਪਸ਼ੂ ਤੋਂ ਬੱਤਰ ਹਾਲਤ ਰੂਚਿਤ ਕਿਲ ਦਿੱਤਾ ਜੀ ਜੀ ਜਗਾ ਜਗਾ ਦੇਖੋ ਤੁਸੀਂ ਮੋਢਿਆਂ ਦੇ ਆਪਣੇ ਬੱਚਿਆਂ ਨੂੰ ਚੁੱਕੇ ਉਹ ਲੋਕ ਜੀ ਜੀ ਉਹ ਕਰੋਨਾ ਤੋਂ ਡਰ ਕੇ ਨਹੀਂ ਵਾਪਸ ਘਰਾਂ ਨੂੰ ਮੁੜ ਰਹੇ ਉਹ ਭੁੱਖ ਤੋਂ ਡਰਦੇ ਚੱਲੇ ਹਨ ਜੀ ਕਿਉਂਕਿ ਉਹਨਾਂ ਕੋਲ ਖੜੇ ਹੋਣ ਵਾਸਤੇ ਵੀ ਇੱਕ ਜਗ੍ਹਾ ਨਹੀਂ ਸੀ ਜੀ ਜੀ ਪਰ ਉਹਨਾਂ ਨੇ ਫੈਸਲਾ ਕੀਤਾ ਕਿ ਘਟ ਤੋਂ ਘਟ ਅਗਰ ਅਸੀਂ ਮਰੀਏ ਵੀ ਜੀ ਜੀ ਤੇ ਸਾਡੇ ਕੋਲ ਜਿਹੜਾ ਉਹ ਕਾਰ ਛੱਡ ਕੇ ਆਇਆ ਸੀ ਉਹ ਇੱਕ ਮਰਲੇ ਦੋ ਮਰਲੇ ਇੱਕ ਝੋਪੜੀ ਹੈ ਸਾਡੇ ਕੋਲ ਮਰਨ ਦੀ ਜਗ੍ਹਾ ਤਾਂ ਹੋਵੇਗੀ ਆਪਣੀ ਜੀ ਇਹਨਾਂ ਵੱਡੇ ਸ਼ਹਿਰਾਂ ਨੇ ਉਹਨਾਂ ਚੀਜ਼ਾਂ ਜਿਹਨੂੰ ਬਣਾਇਆ ਸੀ ਸ਼ਹਿਰਾਂ ਨੂੰ ਜੀ ਜਿਨ੍ਹਾਂ ਨੇ ਲੱਖਾਂ ਬਿਲਡਿੰਗਾਂ ਤਿਆਰ ਕੀਤੀਆਂ ਨੇ ਕਾਰਖਾਨੇ ਚਲਾਏ ਨੇ ਇਹਨਾਂ ਕੁਝ ਉਤਪਾਦਨ ਕਰਕੇ ਦਿੱਤਾ ਹੈ ਉਹਨਾਂ ਨੂੰ ਧੱਕੇ ਬਾਹਰ ਸੜੂ ਦਿੱਤਾ ਕਿ ਤੁਹਾਡੇ ਵਾਸਤੇ ਇੱਥੇ ਕੋਈ ਜਗ੍ਹਾ ਨਹੀਂ ਹੈ ਤੁਸੀਂ ਰਹਿ ਨਹੀਂ ਸਕਦੇ ਇਸ ਵਾਸਤੇ ਮੀਲਾ ਮੀਲ ਉਹ ਲੋਕ ਪੈਦਲ ਚੱਲ ਕੇ ਸਿਰਫ ਇਸ ਤਲਾਸ਼ ਵਿੱਚ ਕਿ ਉੱਥੇ ਦੋ ਰੋਟੀ ਸੁੱਕੀ ਬੇਸਿਕ ਮਿਲ ਜਾਏ ਜਾਂ ਮੌਤ ਵੀ ਮਿਲੇ ਤਾਂ ਘੱਟੋ ਘੱਟ ਸਾਨੂੰ ਆਪਣੇ ਘਰ ਜਗ੍ਹਾ ਉਹ ਮਿੱਟੀ ਮਿਲ ਜਾਏ ਜਿੱਤੇ ਸਾਨੂੰ ਦਫ਼ਨ ਕੀਤਾ ਜਾ ਸਕੀ ਇਹ ਹਾਲਾਤ ਸਾਡੇ ਅੱਜ ਦੇ ਬਣੇ ਨੇ ਠੀਕ ਔਰ ਉਹਨਾਂ ਹਾਲਾਤਾਂ ਕਰਕੇ ਅਗਰ ਸਰਕਾਰ ਪਹਿਲੋਂ ਉਹਦੀ ਇੰਤਜ਼ਾਮ ਕਰਦੀ ਟ੍ਰੇਨਾਂ ਚੱਲਦੀਆਂ ਉਹਨਾਂ ਮਜ਼ਦੂਰਾਂ ਨੂੰ ਉਥੋਂ ਕੱਢ ਲਿਆ ਜਾਂਦਾ ਆਪਣੇ ਇਲਾਕੇ ਚ ਪਹੁੰਚਾਇਆ ਜਾਂਦਾ ਤੇ ਸ਼ਾਇਦ ਅੱਜ ਜਿਹੜਾ ਖੇਤੀ ਦਾ ਸੰਕਟ ਦੂਰਾ ਸ਼ੁਰੂ ਹੋਣਾ ਇੰਡਸਟਰੀ ਦਾ ਕਿ ਸਾਨੂੰ ਦੁਬਾਰਾ ਵਰਕਰ ਨਹੀਂ ਮਿਲਣਾ ਜੀ ਅੱਜ ਉਹਨੂੰ ਮਜ਼ਦੂਰ ਨੂੰ ਜਿਹਨੂੰ 500 ਰੁਪਏ ਤੇ ਰੱਖਿਆ ਸੀ ਤੁਸੀਂ 5000 ਤੇ ਵੀ ਬੁਲਾਓਗੇ ਉਹ ਵਾਪਸ ਨਹੀਂ ਆਏਗਾ ਕਿਉਂਕਿ ਉਹਨੂੰ ਕੋਲ ਐ ਸੁਰੱਖਿਆ ਹੈ ਕਿ ਦੁਬਾਰਾ ਵੀ ਤੁਸੀਂ ਉਹਨੂੰ ਇਹ ਕਰ ਸਕਦੇ ਹੋ ਉਹਨਾਂ ਨਾਲ ਤੁਸੀਂ ਦੁਬਾਰਾ ਉਹਨੂੰ ਫਿਰ ਤੁਸੀਂ ਤੱਕਾ ਕਰ ਸਕਦੇ ਹੋ ਫਿਰ ਪੈਦਲ ਕੱਢ ਸਕਦੇ ਹੋ ਇਸ ਵਾਸਤੇ ਕਿ ਨਵਾਂ ਤਰ੍ਹਾਂ ਦਾ ਸੰਕਟ ਵੀ ਸਾਡੇ ਸਮਾਜ ਚ ਆਏਗਾ ਔਰ ਸਰਕਾਰ ਜਿਹੜੇ ਕਾਨੂੰਨ ਲੈ ਕੇ ਆ ਰਹੀ ਹੈ ਖਾਸ ਕਰਕੇ ਜਿਹੜੇ ਟ੍ਰੇਡ ਯੂਨ ਬਿਲ ਆਏ ਨੇ ਇਹ ਤਾਂ ਅੰਗਰੇਜ਼ਾਂ ਦੇ ਉਹਨਾਂ ਕਾਨੂੰਨਾਂ ਨੂੰ ਮਾਤ ਕਰ ਰਹੇ ਨੇ ਬੇਰੁਜ਼ਗਾਰੀ ਵਿੱਚ ਪਹਿਲਾ ਕੰਮ ਹੁੰਦਾ ਹੈ ਕਿ ਬੇਰੁਜ਼ਗਾਰੀ ਵਧ ਰਹੀ ਹੈ ਤੇ ਕੰਮ ਦੇ ਘੰਟੇ ਘਟਾਓ ਤਾਂ ਕਿ ਜਿਆਦਾ ਲੋਕਾਂ ਨੂੰ ਖਪਾਇਆ ਜਾ ਸਕੇ ਇੱਥੇ ਉਲਟਾ ਹੋ ਰਿਹਾ ਹੈ ਕਿ ਬੇਰੁਜ਼ਗਾਰੀ ਵੱਧ ਰਹੀ ਹੈ ਕੰਮ ਦੇ ਘੰਟੇ ਵਧਾਏ ਜਾ ਰਹੇ ਨੇ ਤਾਂ ਕਿ ਜਿਹੜਾ ਹੋਰ ਰੋਜ਼ਗਾਰ ਲੋਕਾਂ ਨੂੰ ਮਿਲਿਆ ਉਹ ਵੀ ਖੋਇਆ ਜਾ ਸਕੇ ਦੂਜੀ ਵੱਡੀ ਚਰਨੋਤੀ ਮੈਂ ਬਲਕਿ ਇਹਨਾਂ ਦੇ ਨਾਲ ਥੋੜਾ ਚਿੰਤਨ ਦੇਖਿਆ ਦੇਖਿਆ ਹੈ ਇਹ 1900 ਤੋਂ ਲੈ ਕੇ 1919 ਜਲਿਆਂਵਾਲੇ ਬਾਗ ਦੇ ਕਾਂਡ ਤੱਕ ਦਾ ਮੈਂ ਅਗਰ ਸੀ ਯਾਦ ਰੱਖੋ ਇਹ ਪੂਰੀ ਪੂਰੀ ਹਿਸਟਰੀ ਇਸ ਦੁਹਾਈ ਜਾ ਰਹੀ ਹੈ 2000 ਤੋਂ ਸ਼ੁਰੂ ਹੋਇਆ ਆਰਥਿਕ ਸੰਕਟ ਆਰਥਿਕ ਸੰਕਟ ਤੋਂ ਪੂਰੀ ਦੁਨੀਆ ਬਾਹਰ ਹੀ ਨਿਕਲੀ ਉਸ ਟਮ 13 ਲੱਖ ਫੌਜੀ ਬਾਹਰੋਂ ਵਾਪਸ ਆਇਆ ਸੀ ਜਿਹੜੀ ਫੌਜ ਭਰਤੀ ਕੀਤੀ ਸੀ ਅੰਗਰੇਜ਼ਾਂ ਨੇ ਔਰ ਉਹਨਾਂ ਧੱਕਾ ਦੇ ਕੇ ਬਾਹਰ ਖੜ ਦਤਾ ਜਿਹਨੂੰ 8000 ਫੌਜੀ ਮਾਰੇ ਗਏ ਸਨ ਔਰ 70 75000 ਦੇ ਕਰੀਬ ਅਪੰਗ ਆਪਾਜ ਹੋ ਗਏ ਸਨ ਔਰ ਬਾਕੀ ਨੌਕਰੀਆਂ ਤੋਂ ਕਰ ਦਿੱਤੀ ਸੀ ਖੇਤੀ ਬਰਬਾਦ ਹੋ ਚੁੱਕੀ ਸੀ ਉਹਦੇ ਘਾਟੇ ਚਲੀ ਜਾ ਗਈ ਸੀ ਉਹਦੇ ਫਸਲਾਂ ਪਾੜ ਦੇ ਗਏ ਸੀ ਅੱਜ ਲਗਭਗ ਉਸੇ ਨੂੰ ਦੁਬਾਰਾ ਹੈ ਮੰਡੀਆਂ ਚ ਕਿਸਾਨ ਦੀ ਲੁੱਟ ਹੋ ਰਹੀ ਬੁਰੀ ਤਰ੍ਹਾਂ ਠੀਕ ਹੈ ਸਾਹਿਤਾਂ ਦੇ ਉਜੜ ਚੁੱਕੇ ਨੇ ਔਰ ਉਹ ਕਿਸਾਨ ਦਾ ਬੇਟਾ ਜਿਹੜਾ ਰੋਟੀ ਰੋਟੀ ਦੀ ਤਲਾਸ਼ ਕੋਈ ਟੈਕਸੀ ਚਲਾ ਰਿਹਾ ਸੀ ਸ਼ਹਿਰ ਚ ਵੱਡੇ ਚ ਕਿਸੇ અમદાવાદੀ ਫੈਕਟਰੀ ਕੰਮ ਕਰਦਾ ਸੀ ਕੋਈ ਸੂਰਚ ਕੰਮ ਕਰ ਰਿਹਾ ਸੀ ਕੋਈ ਸ਼ਹਿਰ ਦੀ ਕੰਸਟਰਕਸ਼ਨ ਕੰਪਨੀ ਕੰਮ ਕਰ ਰਿਹਾ ਸੀ ਉਹ ਲਾਕਡਾਊਨਸ ਫਸ ਗਿਆ ਪਹਿਲੋਂ ਤਾਂ ਅਰ ਹੁਣ ਉਹ ਬੇਕਾਰ ਹੋ ਕੇ ਕਾਰ ਆਏਗਾ ਉਹਦੇ ਕੋਲ ਉਹੀ ਜ਼ਮੀਨ ਦਾ ਟੁਕੜਾ ਹੈ ਜਿਹਨੇ ਉਹਨੂੰ ਰੋਟੀ ਨਹੀਂ ਦਿੱਤੀ ਜਿੱਤੇ ਕਰਕੇ ਵਾਪਸ ਗਿਆ ਸੀ ਉਹ ਹੁਣ ਦੁਬਾਰਾ ਇੱਕ ਨਵਾਂ ਸੰਕਟ ਖੇਤੀ ਦਾ ਹੋਰ ਸ਼ੁਰੂ ਹੋਏਗਾ ਕਿ ਖੇਤੀ ਤੇ ਹੋਰ ਬੋਝ ਵਧੇਗਾ ਬੇਰਜ਼ਗਾਰੀ ਦਾ ਕਾਮਰੇਡ ਜੀ ਇਹ ਦੱਸਿਓ ਤੁਸੀਂ ਅੰਗਰੇਜ਼ਾਂ ਦੇ ਸਮੇਂ ਵੀ ਜਿਹੜੀ ਸੀ ਕਿ ਮਜ਼ਦੂਰਾਂ ਨੇ ਸੜਕਾਂ ਤੇ ਡਾਂਗਾਂ ਦੀ ਅੱਗ ਸੇਕੀ ਸੀ ਅੱਜ ਕੋਵਿਡ ਦੇ ਸਮੇਂ ਦੇ ਵਿੱਚ ਵੀ ਜਿਹੜਾ ਭਾਰਤ ਦਾ ਮਜ਼ਦੂਰ ਹੈ ਉਹ ਡਾਂਗਾਂ ਦੀ ਅੱਗ ਸੇਕ ਰਿਹਾ ਤੁਹਾਡੀ ਪਾਰਟੀ ਦਾ ਸੀਪੀਐਮ ਦਾ ਕੀ ਨਜ਼ਰੀਆ ਹੈ ਇਸ ਪ੍ਰਤੀ ਇਹ ਜ਼ਰੂਰ ਸੀਪੀਐਮ ਤੋਂ ਇਲਾਵਾ ਵੀ ਜਿਹੜਾ ਹਿੰਦੁਸਤਾਨ ਦਾ ਕੋਈ ਵੀ ਜਾਗਰੂਕ ਨਾਗਰਿਕ ਹੈ ਜਿਹੜਾ ਕਹਿੰਦਾ ਮੈਂ ਇਨਸਾਨ ਹਾਂ ਜੀ ਜਿਹੜਾ ਇਨਸਾਨ ਹੁੰਦਾ ਦਾਵਾ ਕਰਦਾ ਹੈ ਜੀ ਜੀ ਉਹ ਕਿਸੇ ਵੀ ਪਾਰਟੀ ਚ ਹੈ ਕਿਸੇ ਸੰਗਠਨ ਦੇ ਮੈਂ ਛੱਡ ਦੋ ਕੈबिनेटਰ ਨੂੰ ਅਲੱਗ ਕਰਨਾ ਜੀ ਪਹਿਲਾ ਜਿਸ ਤਰੀਕੇ ਨਾਲ ਮਜ਼ਦੂਰਾਂ ਨਾਲ ਸਲੂਕ ਹੋਇਆ ਉਹ ਇਨਸਾਨੀ ਸਲੂਕ ਨਹੀਂ ਉਹਨੂੰ ਉਹਦੇ ਉੱਤੇ ਹਾ ਦਾ ਨਾਰਾ ਮਾਰਨਾ ਚਾਹੀਦਾ ਹੈ ਉਹਨੂੰ ਖੜਨਾ ਚਾਹੀਦਾ ਨਾਲ ਕਿ ਗਲਤ ਹੋ ਰਿਹਾ ਹੈ ਮਨੁੱਖ ਨੂੰ ਮਨੁੱਖ ਦੀ ਜਿਹੜੀ ਹیثیت ਉੱਥਲੇ ਡੇਗਿਆ ਜਾ ਰਹੀ ਹੈ ਜੀ ਉਹ ਸਾਡੇ ਸਾਹਮਣੇ ਹੈ ਸੜਕਾਂ ਦੇ ਜਿਹੜੇ ਰੁਕ ਰਿਹਾ ਦੂਜੇ ਕੀ ਕਿ ਇਹ ਬਹੁਤ ਵੱਡਾ ਸੈਕਟਰ ਜਿਹੜਾ ਅਨ ਆਰਗਨਾਈਜ਼ ਸੈਕਟਰ ਹੈ ਜੀ ਜੀ ਔਰ ਜਿਹੜੇ ਕਾਨੂੰਨ ਆ ਇਹਨਾਂ ਸਾਲਾਂ ਚ ਆਏ ਨੇ ਜੀ ਜੀ ਸ਼ਹਿਰਾਂ ਚ ਲੈਫਟ ਪਾਰਟੀਆਂ ਦਾ ਕਮਜ਼ੋਰ ਹੋਣਾ ਇੱਕ ਅੰਦਰ ਲੈਫਟ ਪਾਰਟੀਆਂ ਕੀਤਾ ਉਹਨਾਂ ਦੇ ਜਿਹੜੇ ਵਲੰਟੀਅਰਸ ਉਹਨਾਂ ਕੀਤਾ ਕਿ ਰਾਸ਼ਨ ਜਿਹੜਾ ਹੈ ਉਹਨਾਂ ਨੂੰ ਜਿੱਥੇ ਮੁਹੱਈਆ ਕਰਾ ਸਕਦੇ ਸੀ ਪਾਣੀ ਮੁਹੱਈਆ ਕਰਾ ਸਕਦੇ ਸੀ ਉਹਨਾਂ ਨੂੰ ਕਿਥੇ ਉਹਨਾਂ ਦੇ ਵਾਸਤੇ ਮਦਦ ਕਰ ਸਕਦੇ ਸੀ ਉਹ ਤਾਂ ਕੀ ਕਰ ਕਰ ਸਕੀ ਪਰ ਇੱਕ ਜਿਹੜਾ ਆਰਗੇਨਾਈਜ਼ ਵਿਰੋਧ ਹੋਣਾ ਚਾਹੀਦਾ ਜਿਵੇਂ ਲੋਕ ਸੜਕਾਂ ਦੇ ਨਿਕਲੇ ਕਿ ਵਾਪਸ ਜਾਣਾ ਹੈ ਇਨੀ ਵੱਧ ਹਵਾਸੀ ਸੀ ਕਿ ਕੋਈ ਉਹ ਚੈਨਲਾਈਜ਼ ਨਹੀਂ ਹੋ ਪਾਇਆ ਕਿ ਉਹ ਵਿਰੋਧ ਦੇ ਵਿੱਚੋਂ ਤਰਦੀਲ ਹੁੰਦਾ ਪਰ ਮੈਨੂੰ ਉਮੀਦ ਹੈ ਕਿ ਲਾਕਡਾਊਨ ਕਿੰਨਾ ਲੰਮਾ ਚੱਲੇਗਾ ਵਾਇਰਸ ਕਿੰਨੇ ਦੌਰ ਚੱਲੇਗਾ ਸਰਕਾਰ ਇਹਦੇ ਆਰਚ ਕਿੰਨਾ ਸ਼ਿਕਾਰ ਖੜੇਗੀ ਆਪਣੇ ਆਰਥਿਕ ਹਿੱਤਾਂ ਨੂੰ ਸਭਨ ਵਾਸਤੇ ਠੀਕ ਹੈ ਉਹਦੇ باوجود ਜਿਹੜਾ ਨਵਾਂ ਸੰਕਟ ਪੈਦਾ ਹੋ ਰਿਹਾ ਹੈ ਇਹ ਜਿਹੜਾ ਹਿੱਸਾ ਹੈ ਇਹ ਆਰਗੇਨਾਈਜ਼ਡ ਹੋ ਕੇ ਇਹ ਸੜਕਾਂ ਤੇ ਉਤਰੇਗਾ ਇਹਨੂੰ ਮੁਕਾਬਲਾ ਕਰਨਾ ਪੈਗਾ ਕਿਉਂਕਿ ਲੜਾਈ ਜਿਉਣ ਤੇ ਮਰਨ ਦੀ ਹੈ ਹਿੰਦੁਸਤਾਨ ਦੀ ਸਰਕਾਰ ਨੇ 70% ਦੀ ਲੋਕਾਂ ਨੂੰ ਹਿੰਦੁਸਤਾਨ ਦੇ ਨੂੰ ਹਿੰਦੁਸਤਾਨ ਦੀ ਜਿਹੜੀ ਉਹਦਾ ਅਜੰਡਾ ਹੈ ਜਾਂ ਉਹਦੇ ਵਿੱਚੋਂ ਕੱਢ ਦਿੱਤਾ ਹੈ ਉਹਨਾਂ ਦੇ ਉਹ ਪ੍ਰੋਗਰਾਮ 'ਚ ਨਹੀਂ ਹੈ ਅੜਾ ਆਇਆ ਹੈ ਜਿਹੜੇ ਪੈਕੇਜ ਆਏ ਨਹੀਂ ਕਾਮਰੇਡ ਜੀ ਇੱਕ ਹੋਰ ਦੱਸੋ ਸੋ ਜੀ ਅੰਬੀ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਜਨ ਸਮੱਸਿਆਵਾਂ ਨੂੰ ਹੱਲ ਕਰਨ ਦੀ ਥਾਂ ਲੋਕਾਂ ਲੋਕ ਸਮੱਸਿਆਵਾਂ ਨੂੰ ਹੱਲ ਕਰਨ ਦੀ ਥਾਂ ਜਿਹੜਾ ਸਵਦੇਸ਼ੀ ਦਾ ਜੁਮਲਾ ਛੱਡਿਆ ਉਹਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਗੱਲ ਹੈ ਕਿ ਜਦੋਂ ਵੀ ਸੰਕਟ ਦਾ ਦੌਰ ਹੈ ਮੈਂ ਹੁਣੇ ਕੰਪੇਅਰ ਕੀਤਾ 1919 ਨੂੰ ਅੱਜ ਵੀ ਜੀ 1919 'ਚ ਲੋਕ ਇਕੱਠੇ ਹੋ ਕੇ ਲੜ ਰਹੇ ਨੇ ਜੀ ਔਰ ਅੰਗਰੇਜ਼ ਉਹਨਾਂ ਦੇ ਦੁਫਾੜ ਕਰ ਰਿਹਾ ਉਹਦੇ ਤੋਂ 1921 ਤਾਂ ਮੁਸਲਮਨ ਲੀਗ ਤਾਂ ਪੈਦਾ ਹੋਈ ਹੈ ਜੀ ਜੀ 1921 'ਚ ਹੀ ਹਿੰਦੂ ਮਹਾਸਭਾ ਬਣੀ ਹੈ ਜੀ ਹਿੰਦੁਸਤਾਨ ਦਾ ਹਿੰਦੂ ਮੁਸਲਮਨ ਸਿੱਖ ਅੰਮ੍ਰਿਤਸਰ 'ਚ ਇਕੱਠਾ ਖੂਨ ਵਹਾ ਰਿਹਾ ਹੈ ਅੰਗਰੇਜ਼ਾਂ ਨੂੰ ਪਤਾ ਹੈ ਕਿ ਤੁਸੀਂ ਇੱਥੇ ਹੁਣ ਲੰਮਾ ਸਮਾਂ ਰਾਜ ਨਹੀਂ ਕਰ ਸਕਦੇ ਉਹ ਡਿਵਾਈਡ ਕਰ ਰਹੇ ਨੇ ਹਿੰਦੁਸਤਾਨ ਦੀ ਉਹਨਾਂ ਨੇ ਬਕਾਇਦਾ ਆਰਗੇਨਾਈਜੇਸ਼ਨ ਖੜੀਆਂ ਕੀਤੀਆਂ ਨੇ ਜੀ ਇਹ ਨਸਲ ਉਹ ਹੈ ਜਿਨ੍ਹਾਂ ਨੇ ਹਿੰਦੁਸਤਾਨ ਦੀ ਆਜ਼ਾਦੀ 'ਚ ਕਦੀ ਹਿੱਸਾ ਨਹੀਂ ਲਿਆ ਸੀ ਜੀ ਜਿੰਦੀ ਨੁਮਾਇੰਦਗੀ ਅੱਜ ਦਾ ਪ੍ਰਧਾਨ ਮੰਤਰੀ ਕਰਦਾ ਹੈ ਜੀ ਇਹ ਉਹ ਲੋਕ ਸਿੰਘ ਜਿਹੜੇ ਹਿੰਦੂ ਮਹਾਸਭਾ ਨੇ ਅਗਾ ਪੈਦਾ ਕੀਤੇ ਨੇ ਜੀ ਇਹ ਉਸੇ ਨੀਤੀਆਂ ਦੇ ਚੱਲ ਰਹੇ ਨੇ ਜੀ ਲੋਕਾਂ ਨੂੰ ਪਾੜਨ ਦੀਆਂ ਨੀਤੀਆਂ ਤੇ ਜੀ ਜੀ ਇਸ ਵਾਸਤੇ ਜੁਮਲੇ ਨੇ ਜਿਹੜਾ ਸੁਭਦੇਸ਼ ਦੀ ਗੱਲ ਕਰ ਰਿਹਾ ਜੀ ਜੀ ਮੈਂ ਤਾਂ ਬੜਾ ਹੈਰਾਨ ਆ ਸਾਡੇ ਦੇਸ਼ਿਕ ਬਾਬਾ ਹੈ ਬਹੁਤ ਵੱਡਾ ਜੀ ਉਹਨੇ ਕਿਹਾ ਕਿ ਯੋਗਾ ਨਾਲ ਸਭ ਦੇ ਇਲਾਜ ਹੁੰਦੇ ਨੇ ਜੀ ਔਰ ਖੁਦ ਦਵਾਈਆਂ ਵੇਚਦਾ ਉਹ ਜੀ ਮਤਲਬ ਕਹਿਣੇ ਤੇ ਕਰ ਚ ਬੜਾ ਅੰਤਰ ਹੈ ਨਾ ਜੇਕਰ ਯੋਗਾ ਨਾਲ ਸਭ ਇਲਾਜ ਹੁੰਦੇ ਨੇ ਬਾਬਾ ਜੀ ਨੇ ਫੈਕਟਰੀ ਦਵਾਈਆਂ ਕਿਉਂ ਲਾਈਆਂ ਤੁਸੀਂ ਠੀਕ ਹੈ ਔਰ ਉਹਨੂੰ ਵੀ 2-2000 ਕਰੋੜ ਦੇ ਤੁਸੀਂ ਬੇਲ ਆਊਟ ਪੈਕੇਜ ਦੇ ਰਹੇ ਹੋ ਠੀਕ ਹੈ ਇੱਥੋਂ ਪਤਾ ਲੱਗਦਾ ਹੈ ਕਿ ਕੈਣੀ ਕਥਰੀ ਔਰ ਕੈਣੀ ਆਪਣਾ ਕਰਨੀ ਚ ਬਹੁਤ ਅੰਤਰ ਹੈ ਠੀਕ ਹੈ ਦੁਨੀਆ ਅਰੇ 3000 ਕਰੋੜ ਦੀ ਮੂਰਤੀ ਬਣਵਾ ਕੇ ਲਿਆਨ ਪਟੇਲ ਸਾਹਿਬ ਦੀ ਉਹ ਸੁਵਦੇਸ਼ੀ ਨਹੀਂ ਉਹ ਉਹ ਚੀਨ ਤੋਂ ਬਣਵਾ ਕੇ ਲਿਆਏ ਨੇ ਜੀ ਜੀ ਇਹਨਾਂ ਦਾ ਜਿਹੜਾ ਪਖੰਡ ਹੈ ਜੀ ਜੀ ਉਦੋਂ ਇੱਥੋਂ ਨੰਗਾ ਹੋ ਜਾਂਦਾ ਹੈ ਕਿ ਸੁਵਦੇਸ਼ੀ ਸਿਰਫ ਨਾਰਾ ਹੈ ਜੀ ਕਾਰਪੋਰੇਟ ਇਹਨਾਂ ਦੇ ਮਾਲਕ ਨੇ ਜੀ ਕਾਰਪੋਰੇਟ ਦੇ ਮੁਨਾਫੇ ਲਈ ਇਹ ਹਰ ਪਾਲਿਸੀ ਨੂੰ ਤੈਅ ਕਰ ਰਹੇ ਨੇ ਜੀ ਜੀ ਉਸ ਕਾਰਪੋਰੇਟ ਦਾ ਪੇਟ ਭਰਨ ਵਾਸਤੇ ਹਰ ਬਲਗੇ ਨੂੰ ਜਿਹੜਾ ਹਥਿਆਰ ਔਜ਼ਾਰ ਨੂੰ ਵਰਤ ਰਹੇ ਨੇ ਅਗਰ ਇਹਨਾਂ ਕੁਝ ਵੀ ਉਸ ਹਯਾ ਹੁੰਦੀ ਸ਼ਰਮ ਹੁੰਦੀ ਇੰਨੇ ਵੱਡੇ ਸੰਕਟ ਚ ਦਿੱਲੀ ਚ ਇੰਨੇ ਵੱਡੇ ਮੈਡੀਕਲ ਸੈਂਟਰ ਨੇ ਸਾਡੇ ਕੋਲ ਪ੍ਰਾਈਵੇਟ ਸੈਕਟਰ ਚ ਬਹੁਤ ਵੱਡੇ ਵੱਡੇ ਹਸਪਤਾਲ ਨੇ ਪ੍ਰਾਈਮ ਲੈਂਡ ਨੂੰ ਫ੍ਰੀ ਆਫ ਕਾਸਟ ਦਿੱਤਾ ਗਿਆ ਇੱਕ ਵੀ ਹਸਪੀਟਲ ਨੇ ਇਸ ਟਾਈਮ ਇਸ ਐਮਰਜੈਂਸੀ ਚ ਨਹੀਂ ਕਿਹਾ ਕਿ ਅੱਜ ਦੇਸ਼ ਵਿੱਚ ਚੁਣੌਤੀ ਹੈ ਦੇਸ਼ ਭਗਤੀ ਦਾ ਸਵਾਲ ਹੈ ਸਾਡੇ ਹਸਪੀਟਲ ਖੁੱਲੇ ਨੇ ਆਓ ਤੁਹਾਨੂੰ ਇਲਾਜ ਕਰਦੇ ਆਂ ਅਜ ਤੱਕ ਸੈਸੀ ਟੈਸਟ ਨਹੀਂ ਕਰ ਪਾ ਰਹੇ ਟੈਸਟਿੰਗ ਕਿੱਟਾਂ ਪੂਰੀਆਂ ਨਹੀਂ ਕਰ ਪਾ ਰਹੇ ਦੇਸ਼ ਨੂੰ ਸਮਾਨਿਤ ਕਰ ਕਰੋਨਾ ਵਾਰੀਅਰ ਨੂੰ ਸਮਾਨਿਤ ਕਰਨ ਦੇ ਜਲੂਸ ਕੱਢੇ ਜਾ ਰਹੇ ਨੇ ਅੱਜ ਕੋਈ ਹਿੰਦੁਸਤਾਨ ਚ ਕਰੋਨਾ ਦੇ ਖਿਲਾਫ ਲੜਨ ਵਾਲੇ ਡਾਕਟਰ ਹੈ ਅਸੀਂ ਸਲੂਟ ਕਰਦੇ ਆ ਨਰਸਿਸ ਹੈ ਕਿ ਬਿਨਾ ਇਕੁਪਮੈਂਟ ਦੇ ਉਹ ਕਾਰੀਏ ਨੇ ਸਲੂਟ ਕਰਦੇ ਆ ਆਸ਼ਾ ਵਰਕਰ ਹੈ ਆਂਗਣਵਾੜੀ ਹੈ ਉਹ ਸਵੀਪਰ ਹੈ ਜਿਹਦੇ ਕੋ ਤੁਸੀ ਝਾੜੂ ਦਿੱਤਾ ਨਹੀਂ ਦਿੱਤਾ ਉਹਦੇ ਪੈਰਾਂ ਚੱਪਲ ਨਹੀਂ ਹੈ ਅਸੀਂ ਉਹਨਾਂ ਨੂੰ ਸਲੂਟ ਕਰਦੇ ਆ ਜੀ ਜੀ ਪਰ ਉਹ ਵੀ ਅੰਦਾਜ਼ਾ ਵੀ ਹੈ ਜਿਨੇ ਇਸ ਪੂਰੇ ਦੌਰ ਦੇ ਵਿੱਚ ਲਾਕਡਾਊਨ ਦੇ ਵਿੱਚ ਕਿਤਾ ਜੋ ਨਾਜ ਇਕੱਠਾ ਕੀਤਾ ਹੈ ਤੁਹਾਡੇ ਦਰਵਾਜ਼ੇ ਤੱਕ ਪਹੁੰਚਾਇਆ ਸਬਦੀ ਦਿੱਤੀ ਹੈ ਸੋਨੂੰ ਵੱਡਾ ਵਾਰੀਅਰ ਉਹ ਵੀ ਹੈ ਪਰ ਉਹਨਾਂ ਨੂੰ ਇੱਜ਼ਤ ਦੇਣ ਦੀ ਬਜਾਏ ਪਖੰਡ ਕਰ ਰਹੇ ਨੇ ਇਹਨਾਂ ਨੂੰ ਹੁਣ ਪਿੱਛੇ ਫੌਜ ਨੂੰ ਦੇਖ ਕੇ ਉੱਤੇ ਫੁੱਲ ਬਰਸਾ ਕੀਤੀ ਹੈ ਕੀ ਕਰੋਨਾ ਵਾਇਰਸ ਖਤਮ ਵਾਇਰਸ ਖਤਮ ਹੋ ਗਿਆ ਹਿੰਦੁਸਤਾਨ ਚ ਕੀ ਇੱਥੇ ਕੋਈ ਵੈਕਸੀਨ ਲਬਲੀ ਹੈ ਜਾਂ ਜਿਹੜੇ ਵਾਰੀਅਰ ਲੜ ਰਹੇ ਨੇ ਉਹ ਕਰੋਨਾ ਦੇ ਖਿਲਾਫ ਉਹ ਸਫਾਈ ਕਰਮਚਾਰੀ ਆਸ਼ਾ ਵਰਕਰ ਅੰਗਣਵਾੜੀ ਨਰਸ ਡਾਕਟਰ ਕੀ ਉਹਨਾਂ ਨੂੰ ਸਾਰੇ ਤੁਸੀਂ ਉਜਾਰ ਦੇ ਦਿੱਤੇ ਨੇ ਕਰੋਨਾ ਵਾਇਰਸ ਦੇ ਖਿਲਾਫ ਲੜਨ ਵਾਸਤੇ ਇਹ ਸਾਰਾ ਪਖੰਡ ਸામਨੇ ਆ ਜਾਂਦਾ ਕਿ ਕਰ ਕੁਛ ਰਹੇ ਨੇ ਔਰ ਕਹਿ ਕੁਛ ਰਹੇ ਨੇ ਇਹਨਾਂ ਕੋਲ ਉਹਨਾਂ ਨੂੰ ਹੱਲ ਕਰਨ ਦਾ ਇਹਨਾਂ ਕੋਲ ਕੋਈ ਸਲੀਕਾ ਨਹੀਂ ਹੈ ਤਰੀਕਾ ਨਹੀਂ ਹੈ ਔਰ ਕਿਉਂਕਿ ਕਾਰਪੋਰੇਟ ਦੇ ਇਤਿਹਾਸ ਕਾਨੂੰਨ ਬਣਾ ਰਹੇ ਨੇ ਸਾਰੇ ਆਹ ਹੁਣ ਉਹ ਜਿਹੜੇ ਲੇਬਰ ਆਏ ਨੇ ਆ ਜਿਹੜੇ ਪੈਕੇਜ ਆਏ ਨੇ ਕਿਤੇ ਕਿਸਾਨ ਦੀ ਗੱਲ ਨਹੀਂ ਹੈ ਜੀ ਜੀ ਹੁਣ ਕਹਿ ਰਹੇ ਕਿ ਆਤਮ ਨਿਰਭਰ ਹਾਂਜੀ ਆਤਮ ਨਿਰਭਰ ਕੀ ਕਿਉਂ ਕਰੇ ਆਤਮ ਨਿਰਭਰ ਜੀ ਆਤਮ ਨਿਰਭਰ ਤੱਕ ਪਹਿਲੂ ਕਿਸਾਨ ਦੇ ਵਾਸਤੇ ਤੁਸੀਂ ਕੀ ਕੀਤਾ ਹੈ ਪੈਕੇਜ ਕੀ ਦੇ ਰਹੋ ਠੀਕ 68000 ਕਰੋੜ ਹੁਣ ਲਾਸਟ ਵੀ ਫਿਰ ਲੈ ਕੇ ਉਹ ਆਹ ਨੂੰ ਕੋਈ ਦਿਨ ਪਰ ਲਿਆਇਆ ਕਿ 450 ਕਰੋੜ ਇੱਕ ਉਹਦਾ ਚੌਲਾਂ ਦਾ ਵਪਾਰੀ ਲੈ ਕੇ ਭੱਜ ਗਿਆ ਜੀ ਜੀ ਇਹ ਜਿਹੜੇ ਤੁਸੀਂ ਦਿਸਾ ਦੇਖੋਗੇ ਕੈਣੀ ਤੇ ਕਰਤਰੀ ਵਿੱਚ ਬਹੁਤ ਵੱਡਾ ਅੰਤਰ ਹੈ ਅਜੇ ਤੱਕ ਕਣਕ ਵਿਕੀ ਇੰਨੇ ਇੰਨੇ ਦਿਨ ਹੋ ਗਏ ਨੇ ਅਸੀਂ ਜਿਸ ਦਿਨ ਕਰਜ਼ਾ ਚੁੱਕਿਆ ਜੀ ਸਾਡਾ ਉਸ ਦਿਨ ਵਿਆਜ ਸ਼ੁਰੂ ਹੁੰਦਾ ਹੈ ਸਾਡੀ ਕਣਕ ਵੀ ਕਿੰਨੇ ਮਹੀਨਾ ਮਹੀਨਾ ਡੇਢ ਮਹੀਨਾ ਹੋ ਗਿਆ ਹੈ ਸਾਡਾ ਕੋਈ ਵਿਆਜ ਨਹੀਂ ਸਾਡੀ ਸਾਡੀ ਪੇਮੈਂਟ ਵੀ ਵਾਪਸ ਆ ਰਹੀ ਸਾਨੂੰ ਨਵੀਂ ਪੂੰਜੀ ਦੀ ਜ਼ਰੂਰਤ ਹੈ ਠੀਕ ਅਗਰ ਇਹ ਵਾਸਤੇ ਵਿੱਚ ਹਿੰਦੁਸਤਾਨ ਦੇ ਖੈਰਖਵਾ ਨੇ ਇਹਨਾਂ ਨੂੰ ਕਰਜ਼ੇ ਕਿਸਾਨਾਂ ਦੇ ਮਾਫ਼ ਕਰ ਦੇਣੇ ਚਾਹੀਦੇ ਨੇ ਇਹਨੂੰ ਪੁਰਾਣੇ ਕ੍ਰਿਸ਼ੀ ਕਾਰਡਾਂ ਦਾ ਭੁਗਤਾਨ ਨਹੀਂ ਲੈਣਾ ਚਾਹੀਦਾ ਨਵੇਂ ਕ੍ਰਿਸ਼ੀ ਕਾਰਡ ਦੇਣੇ ਚਾਹੀਦੇ ਨੇ ਇਹਨਾਂ ਨੂੰ ਡੇਢ ਗੁਣੀ ਕੀਮਤ ਲਾਗਦੀ ਹੋਣੀ ਚਾਹੀਦੀ ਹੈ ਤਾਂ ਕਿ ਮਜ਼ਦੂਰ ਨੂੰ ਪੂਰੀ ਮਜ਼ਦੂਰੀ ਮਿਲੇ ਖੇਤ ਇਹਨਾਂ ਨੂੰ ਮਰਨੇਗਾ ਸਾਰਾ ਸਾਲ ਲਾਗੂ ਕਰਨਾ ਚਾਹੀਦਾ ਹੈ ਇਹ ਕੁਝ ਨਹੀਂ ਕਰਨਗੇ ਅਨਾਜ ਸੜ ਰਿਹਾ ਹੈ ਇਹ ਕਾਰਪਟ ਦੀ ਸੇਵਾ ਕਰਨਗੇ ਇਹ ਲੋਕਾਂ ਨੇ ਆਉਣ ਵਾਲੇ ਸਮੇਂ ਫੈਸਲਾ ਕਰਨਾ ਹੈ ਕਿ ਉਹ ਅਗਲਾ ਰਾਸਤਾ ਕੀ ਚੁਣਨ ਪਰ ਉਹ ਰਾਸਤਾ ਹੀ ਹਿੰਦੁਸਤਾਨ ਦਾ ਰਾਸਤਾ ਹੋਏਗਾ ਮੈਂ ਇਨਾ ਹੀ ਕਹਿਣਾ ਚਾਹੁੰਦਾ ਕਾਂਗਰਸ ਜੀ ਇੱਕ ਜ਼ਰੂਰ ਹੈਗਾ ਵੀ ਜਿਹੜੇ ਭਾਰਤੀ ਸੰਵਿਧਾਨ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਨੇ ਉਹ ਇਹ ਸਵਾਲ ਜਰੂਰ ਕਰ ਰਹੇ ਨੇ ਕਿ ਸਾਨੂੰ ਕਰੋਨਾ ਤੋਂ ਡਰ ਨਹੀਂ ਲੱਗਦਾ ਦੇਸ਼ ਵਿੱਚ ਫੈਲੀ ਫਿਰਕਾ ਪ੍ਰਸਤੀ ਹੈ ਜਿਹੜੀ ਉਸ ਤੋਂ ਅਸੀਂ ਖੌਫ ਜਿਹਾ ਡਰੇ ਹੋਇਆ ਉਹਦੇ ਬਾਰੇ ਤੁਸੀਂ ਕੁਝ ਕੀ ਕਹਿੰਦੇ ਮੈਂ ਉਹ ਦੱਸਿਆ ਹੈ ਕਿ ਮੈਂ ਇੱਥੇ ਜਿਹੜਾ ਸੋਸ਼ਲ ਡਿਸਟੈਂਸ ਸ਼ਬਦ ਹੈ ਮੈਨੂੰ ਇੱਥੇ ਵੀ ਇਤਰਾਜ਼ ਹੈ ਜੀ ਜਦੋਂ ਸਮਾਜਿਕ ਸੰਕਟ ਖੜਾ ਹੁੰਦਾ ਉਦੋਂ ਸਮਾਜ ਨੂੰ ਇਕੱਠੇ ਹੁੰਦੀ ਜ਼ਰੂਰਤ ਹੁੰਦੀ ਡਿਸਟੈਂਸ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਫਿਜ਼ੀਕਲ ਡਿਸਟੈਂਸ ਹੋਣਾ ਚਾਹੀਦਾ ਦੂਰ ਦੂਰ ਹੋਣਾ ਚਾਹੀਦਾ ਤਾਂ ਕਿ ਬਿਮਾਰੀ ਇੱਕ ਦੂਜੇ ਤੇ ਲੱਗੇ ਨਾ ਸ਼ੂਦੀ ਬਿਮਾਰੀ ਹੈ ਜੀ ਸਮਾਜਿਤ ਸਾਨੂੰ ਇੱਕ ਜੁੜਤਾ ਚਾਹੀਦੀ ਹੈ ਇਹ ਸ਼ਬਦ ਵੀ ਇਹਨਾਂ ਨੇ ਇੱਕ ਬਦਮਾਸ਼ੀ ਨਾਲ ਹੀ ਕੜਿਆ ਲੱਗਦਾ ਮੈਨੂੰ ਜਾਣ ਬੋਝ ਕੇ ਕੜਿਆ ਜੀ ਇਸ ਵਾਸਤੇ ਜਿਹੜਾ ਸੰਪਰਦਾਇਕਤਾ ਉਸ ਤੋਂ ਮੈਂ ਦੱਸਿਆ ਤੁਹਾਨੂੰ 1900 ਹੀ ਦੱਸਿਆ ਹੈ 1907 ਦੀ ਪਗੜੀ ਸਮਾਜ ਜੱਟਾ ਜੀ ਜੀ 1900 ਜਿਹੜਾ 6 7 1919 ਨੂੰ 6 April ਚ ਜੀ ਅੰਮ੍ਰਿਤਸਰ ਦੇ ਜਲੂਸ ਜੀ ਉਦੋਂ ਅੰਗਰੇਜ਼ਾਂ ਨੇ ਜਾਣਬੁੱਝ ਕੇ ਰੇਲਵੇ ਸਟੇਸ਼ਨਾਂ ਤੇ ਰੱਖਿਆ ਸੀ Hindu ਘੜਾ ਪਾਣੀ ਤੇ Musalman ਪਾਣੀ ਔਰ ਹਿੰਦੁਸਤਾਨ ਦੀ ਜਨਤਾ ਇਕੱਠੀ ਹੋ ਰਹੀ ਸੀ ਮੁਸਲਮਾਨ ਹਿੰਦੂਆਂ ਦੇ ਘੜੇ ਚ ਪਾਣੀ ਪੀ ਰਹੇ ਸੀ ਔਰ ਹਿੰਦੂ ਮੁਸਲਮਾਨ ਨੇ ਘੜੇ ਪਾਣੀ ਪੀ ਰਹੇ ਸੀ ਉਹ ਇੱਕ ਹੋ ਰਹੇ ਸੀ ਅੰਗਰੇਜ਼ ਵੰਡਣਾ ਚਾਹੁੰਦੇ ਸੀ ਜੀ ਔਰ ਉਹਦੀ ਪ੍ਰਣਿਥੀ ਹੋਈ ਸੀ ਕਿ 1919 ਦਾ ਜਲਿਆਂਵਾਲਾ ਬਾਗ ਦਾ ਕਾਂਟ ਜੀ 13 April ਦਾ ਜਿੰਦੇ ਚ ਹਿੰਦੂ ਮੁਸਲਮਨ ਸਿੱਖ ਇਹਨਾਂ ਨੇ ਇਕੱਠਾ ਖੂਨ ਬਾਇਆ ਸੀ ਅੰਗਰੇਜ਼ ਡਰ ਗਿਆ ਪੂਰੇ ਪੰਜਾਬ ਚ ਮਾਰਸ਼ਲ ਲੱਗਾ ਪੂਰੇ ਦੇਸ਼ ਚ ਚੁਣੌਤੀ ਹੋਈ ਦੇਸ਼ ਦੇ ਵਿੱਚ ਨਵੀਂ ਆਜ਼ਾਦੀ ਦੀ ਲਹਿਰ ਸ਼ੁਰੂ ਹੋਈ ਐਸੇ ਜੋਗੋ ਅੰਦੋਲਨ ਆਇਆ ਗਾਂਧੀ ਦਾ ਜਿੰਦੇ ਚ ਭਗਤ ਸਿੰਘ ਹੋਰੀ ਪੈਦਾ ਹੁੰਦੇ ਨਗਾ ਜੀ ਇਹ ਮੈਂ ਤੁਹਾਨੂੰ ਦੱਸ ਰਿਹਾ ਪਰ ਅੰਗਰੇਜ਼ ਚੁੱਪ ਨਹੀਂ ਬੈਠੇ ਸੀ ਜਿਵੇਂ ਇਹ ਨਹੀਂ ਚੁੱਪ ਬੈਠੇ ਜਿਹੜਾ ਸੰਪਰਦਾਇਕਤਾ ਦਾ ਖਤਰਾ ਕਹਿ ਰਹੇ ਹੋ ਅੰਗਰੇਜ਼ਾਂ ਨੇ ਮੁਸਲਮਾਨ ਲੀਗ ਨੂੰ ਪੈਦਾ ਕੀਤਾ ਅੰਗਰੇਜ਼ਾਂ ਨੇ ਹਿੰਦੂ ਮਾਂ ਸਭਾ ਨੂੰ ਪੈਦਾ ਕੀਤਾ ਤਾਂ ਕਿ ਹਿੰਦੂ ਤੇ ਸਿੱਖ ਮੁਸਲਮਾਨ ਨੂੰ ਵੰਡਿਆ ਜਾਵੇ ਦੂਜੇ ਪਾਸੇ ਏਕਾ ਹੁੰਦੀ ਹੈ ਵੀ ਤਾਕਤਾਂ ਲੱਗੀਆਂ ਨੇ ਅੱਜ ਵੀ ਉਹ ਚੁਣੌਤੀ ਹੈ ਉਹ ਬਾਰ ਬਾਰ ਵੰਡਣਗੇ ਉਹਨਾਂ ਕੋਲ ਦੇਣ ਵਾਸਤੇ ਰਾਹਤ ਦੇਣ ਵਾਸਤੇ ਕੁਝ ਨਹੀਂ ਹੈ ਉਹ ਹਿੰਦੂ ਮੁਸਲਮਾਨ ਦੇ ਨਾਂ ਤੇ ਲੜਾਉਣਾ ਚਾਹੁੰਦੇ ਨੇ ਉਹ ਜਾਤਾਂ ਦੇ ਨਾਂ ਤੇ ਲੜਾਉਣਾ ਚਾਹੁੰਦੇ ਨੇ ਔਰ ਉਚਰੀ ਤੇ ਰਾਜ ਦੇ ਨਾਂ ਤੇ ਲੜਾਉਣਾ ਚਾਹੁੰਦੇ ਨੇ ਉਹ ਬਾਸ਼ਾ ਦੇ ਨਾਂ ਤੇ ਲੜਾਉਂਗੇ ਤੁਹਾਨੂੰ ਇਹ ਉਹਨਾਂ ਵਾਸਤੇ ਉਹਨਾਂ ਦਾ ਹਥਿਆਰ ਹੈ ਮੀਡੀਆ ਉਹਨਾਂ ਕੋਲ ਹੈ ਜਨਤਾ ਦੀ ਇੱਕ ਹੀ ਹਥਿਆਰ ਹੈ ਆਪਣੀ ਸੁਰੱਖਿਆ ਕਿ ਜਨਤਾ ਇਕਮੁੱਠ ਹੋਏਗੀ ਧਰਮ ਜਾਤ ਇਹਨਾਂ ਤੋਂ ਉੱਤੇ ਉੱਠ ਕੇ ਆਪਣੀ ਮੁਸੀਬਤਾਂ ਦੇ ਖਿਲਾਫ ਕਿਉਂਕਿ ਧਰਮਤਾ ਰੱਬ ਨੂੰ ਮਿਲਣ ਦਾ ਜਰੀਆ ਹੈ ਉਹ ਕਿਸ ਤਰ੍ਹਾਂ ਕੋ ਮਿਲਣਾ ਚਾਹੁੰਦਾ ਮਿਲ ਰਹੇ ਕੋ ਕਿਸ ਨੂੰ ਇਤਰਾਜ ਨਹੀਂ ਹੋ ਸਕਦਾ ਪਰ ਵਪਾਰ ਨਹੀਂ ਹੁੰਦਾ ਧਰਮ ਕਦੀ ਵੀ ਜੋ ਇਹਨਾਂ ਵਪਾਰ ਬਣਾਇਆ ਹੈ ਤਾਂ ਸੰਪਰਦਾਇਤਾ ਪਲੋੜ ਵਾਸਤੇ ਇਹ ਚੁਣੌਤੀਆਂ ਦੋਨੋਂ ਹੈ আর ਦੋਨੋਂ ਚੁਣੌਤੀਆਂ ਅੱਜ ਖਾਸ ਕਰਕੇ ਜਿਹੜੇ ਮੀਲਾ ਮੀਲ ਮਜ਼ਦੂਰ ਭੁੱਖਾ ਤੁਰਕੇ ਗਿਆ ਹੈ ਉਹ Hindu ਮਜ਼ਦੂਰ ਵੀ ਹੈ ਉਹ ਮੁਸਲਮਾਨ ਮਜ਼ਦੂਰ ਵੀ ਹੈ ਉਹ ਅਪਰਕਾਸਤ ਦਾ ਮਜ਼ਦੂਰ ਵੀ ਹੈ ਔਰ ਅਗਰੀ ਮਜ਼ਦੂਰ ਵੀ ਹੈ ਘਰ ਤੋਂ ਘਰ ਉਹਨੂੰ ਜਰੂਰ ਪਤਾ ਲੱਗਿਆ ਹੈ ਕਿ ਜਿਹੜੇ ਧਰਮ ਦੇ ਨਾਂ ਤੇ ਲੜਾ ਰਹੇ ਨੇ ਇਹ ਅਸਲ ਤੇ ਮਜ਼ਦੂਰ ਵਿਰੋਧੀ ਨੇ ਇਹ ਨਾ ਹਿੰਦੂ ਦੇ ਹੱਕ ਦੇ ਨੇ ਨਾ ਮੁਸਲਮਾਨ ਦੇ ਹੱਕ ਦੇ ਨੇ ਨਾ ਅਪਰਕਾਸਤ ਦੇ ਹੱਕ ਦੇ ਨੇ ਨਾ ਲੋਅਰ ਕਾਸਤ ਦੇ ਹੱਕ ਦੇ ਨੇ ਇਹ ਸਿਰਫ ਸੇਠਾਂ ਦੇ ਹੱਕ ਦੇ ਨੇ ਔਰ ਮਜ਼ਦੂਰਾਂ ਦੇ ਖਿਲਾਫ ਹੈ ਇਹ ਪ੍ਰੈਕਟਿਸ ਤੁਹਾਨੂੰ ਸਮਝ ਆ ਰਹੀ ਹੈ ਜੀ ਜੀ ਕਾਮਰੇਨ ਜੀ ਭਾਰਤੀ ਨਾਗਰਿਕਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਤੇ ਐਡਾ ਵੱਡਾ ਲੀਡਰ ਨਹੀਂ ਹਾਂ ਮੈਂ ਤਾਂ ਭਗਤ ਸਿੰਘ ਨੂੰ ਪੜ ਕੇ ਤੇ ਇਸ ਲਹਿਰ 'ਚ ਆਇਆ ਹਾਂ ਭਗਤ ਸਿੰਘ ਨੂੰ ਇੱਕ ਸਵਾਲ ਪੁੱਛਿਆ ਸੀ ਤੇਰਾ ਆਖਰੀ ਸੰਦੇਸ਼ ਕੀ ਸੀ ਕੀ ਹੈ ਸੰਦੇਸ਼ ਉਹਨੇ ਕਿਹਾ ਸੀ ਸਮਰਾਜਵਾਦ ਮਰਦਾਬਾਦ ਇਨਕਲਾਬ ਜਿੰਦਾਬਾਦ ਔਰ ਮੇਰਾ ਤਾਂ ਉਹੀ ਨਾਰਾ ਹੈ ਮੈਂ ਉਹਨੂੰ ਲੈ ਕੇ ਹੀ ਲੋਕਾਂ 'ਚ ਫਿਰ ਰਿਹਾ ਤੇ ਮੈਨੂੰ ਅੱਜ ਵੀ ਉਹ ਨਾਰਾ ਵੀ ਯਾਦ ਹੈ ਔਰ ਉਹ ਦਿਸ਼ਾ ਵੀ ਯਾਦ ਹੈ ਜਿਹੜਾ ਮੈਨੂੰ ਮੇਰੇ ਮੁਲਕ ਨੂੰ ਮੇਰੇ ਮੁਲਕ ਦੇ ਨੌਜਵਾਨਾਂ ਨੂੰ ਹਿੰਦੁਸਤਾਨੀਆਂ ਨੂੰ ਇੱਕ ਹਿੰਦੁਸਤਾਨ ਬਣਾਉਣ ਵਾਸਤੇ ਭਗਤ ਸਿੰਘ ਦੇ ਗਿਆ ਸੀ ਅੱਜ ਵੀ ਉਹ ਨਾਰਾ ਉਨਾ ਹੀ ਜ਼ਰੂਰੀ ਹੈ ਉਨਾ ਹੀ ਅੱਜ ਦੇ ਹਾਲਾਤ ਚ ਕੀ ਕੋ ਦੂਸਰੀ ਨੂੰ ਸਾਰਥਕ ਹੈ ਜਿਹਨਾਂ ਉਸ ਜਮਾਨੇ ਸੀ ਅੱਜ ਵੀ ਉਹੀ ਸਾਮਰਾਜ ਹੈ ਉਹੀ ਅਮਰੀਕਾ ਹੈ ਉਹੀ ਸਮਰਾਜੀ ਮੁਲਕ ਨੇ ਅੱਜ ਉਹੀ ਇਨਕਲਾਬ ਜੇ ਬਦਲਾਵ ਦੀ ਜ਼ਰੂਰਤ ਹੈ ਉਹੀ ਸੰਪਰਦਾਇਕਤਾ ਮੁਰਦਾਬਾਦ ਕਰਨ ਦੀ ਜ਼ਰੂਰਤ ਹੈ ਜੋ ਭਗਤ ਸਿੰਘ ਕਹਿ ਗਿਆ ਸੀ ਮੇਰਾ ਵੀ ਉਹੀ ਸੰਦੇਸ਼ ਨਹੀਂ ਹੈ ਮੇਰਾ ਮੇਰਾ ਉਹ ਸੁਨੇਹਾ ਜਿਹੜਾ ਭਗਤ ਸਿੰਘ ਨੇ ਮੈਨੂੰ ਦਿੱਤਾ ਸੀ ਮੈਂ ਇਹ ਕਹਾਂ ਲੋਕਾਂ ਤੱਕ ਦੇਣਾ ਚਾਹਣਾ ਕਿ ਭਗਤ ਸਿੰਘ ਦਾ ਸੁਨੇਹਾ ਪੜ ਲਓ ਮੇਰਾ ਉਹੀ ਸੁਨੇਹਾ ਮੇਰਾ ਹੋਰ ਵੱਖਰਾ ਸੁਨੇਹਾ ਨਹੀਂ ਹੋ ਸਕਦਾ ਕਿਉਂ ਮੈਂ ਉਸ ਤੋਂ ਸਿਆਣਾ ਲੀਡਰ ਨਹੀਂ ਹੋ ਸਕਦਾ ਇਸ ਤੋਂ ਵੱਡੀਆਂ ਕੁਰਬਾਨੀਆਂ ਦੇਣ ਵਾਲਾ ਮੈਂ ਨਹੀਂ ਹੋ ਸਕਦਾ ਤੇ ਮੈਂ ਤਾਂ ਉਹਦੇ ਪੈਰਾਂ ਦੇ ਚੱਲਣ ਵਾਲਾ ਮਾਮੂਲੀ ਵਰਕਰ ਹਾਂ ਜੋ ਕੁਝ ਕਰ ਪਾ ਰਿਹਾ ਮੈਂ ਠੀਕ ਹੈ ਅ ਦੋਸਤੋ ਇਹ ਸੀ ਸਾਡੇ ਨਾਲ ਕਾਮਰੇਡ ਹਰਪਾਲ ਜਿਹੜੇ ਸੰਤਰਾਮ ਉਦਾਸੀ ਦੀਆਂ ਲਾਈਨਾਂ ਨੂੰ ਦਰਉਂਦੇ ਨੇ ਤੇ ਕਹਿੰਦੇ ਨੇ ਕਿ ਐਵੇਂ ਭਰਮ ਹੈ ਸਾਡਿਆਂ ਦੋਖੀਆਂ ਨੂੰ ਅਸੀਂ ਹੋਵਾਂਗੇ 2004 ਲੋਕੋ ਜਿਹੜੀ ਤੋੜਿਆ ਕਦੇ ਵੀ ਟੁੱਟਣੀ ਨਹੀਂ ਐਡੀ ਲੰਬੀ ਹੈ ਸਾਡੀ ਕਤਾਰ ਲੋਕੋ ਧੰਨਵਾਦ ਇਨਕਲਾਬ ਜਿੰਦਾਬਾਦ